ਸਾਸੀਕਾਲ ਜੀ ਸਾਰੇ ਦੋਸਤਾਂ ਨੂੰ ਸੋ ਦੋਸਤੋ ਇੱਕ ਵਾਰੀ ਫੇਰ ਮੈਂ ਤੁਹਾਡਾ ਆਪਣਾ ਹੈਰੀ ਤਨੂਆ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਇੱਕ ਬੇਸਿਕ ਜੀ ਪ੍ਰੋਬਲਮ ਆ ਜਿਹੜੀ ਸਾਰੇ ਹੀ ਜਿੰਨੇ ਵੀ ਲੜਕੇ ਜਿਮ ਜਾਂਦੇ ਲੜਕੀਆਂ ਜਿਮ ਜਾਂਦੀਆਂ ਨੇ ਉਹਨਾਂ ਨੂੰ ਆਉਂਦੀ ਆ ਵੀ ਉਹ ਕਹਿੰਦੇ ਨੇ ਕਿ ਸਾਡੀ ਜਿਹੜੀਆਂ ਲੈਗਸ ਆ ਉਹਨਾਂ ਦਾ ਸਾਈਜ਼ ਨਹੀਂ ਗਰੋ ਕਰ ਰਿਹਾ। ਦੇਖੋ ਉਹਦੇ ਪਿੱਛੇ ਮੇਨ ਕਾਰਨ ਕੀ ਆ, ਉਹਦੇ ਪਿੱਛੇ ਮੇਨ ਕਾਰਨ ਇਹ ਆ ਕਿ ਤੁਸੀਂ ਇਸ ਐਕਸਰਸਾਈਜ਼ ਦੇ ਉੱਪਰ ਫੋਕਸ ਨਹੀਂ ਕਰਦੇ। ਕਿਹੜੀ ਐਕਸਰਸਾਈਜ਼ ਦੇ ਉੱਪਰ? ਸਕੁਐਟਸ, ਬਾਰਬਲ ਸਕੁਐਟਸ। ਬਾਰਬਲ ਸਕੁਐਟਸ ਦੇ ਉੱਪਰ ਤੁਸੀਂ ਫੋਕਸ ਨਹੀਂ ਕਰਦੇ, ਤੁਸੀਂ ਕੀ ਕਰਦੇ ਆ, ਤੁਸੀਂ ਜਿਮ ਦੇ ਵਿੱਚ ਜਾ ਕੇ ਇੱਕ ਫਾਰਮੈਲਿਟੀ ਕਰਦੇ ਹੋ ਕਿ 3 ਸੈੱਟ ਜਿਹੜੇ ਆ ਉਹ ਬਾਰਬਲ ਸਕੁਐਟਸ ਦੇ ਲਾ ਲੈਂਦੇ ਹੋ। ਉਹਦੇ ਵਿੱਚ ਤੁਸੀਂ ਕੀ ਕਰਦੇ ਹੋ, ਫਸਟ ਸੈੱਟ ਦੇ ਵਿੱਚ ਵੀ ਆਪਣਾ 60% ਵੇਟ ਰੱਖਦੇ ਹੋ, ਸੈਕਿੰਡ ਸੈੱਟ ਦੇ ਵਿੱਚ ਵੀ ਸੇਮ ਜਿਹੜਾ ਵਾ ਤੁਸੀਂ ਵੇਟ ਪਰਫਾਰਮ ਕਰਦੇ ਹੋ, ਥਰਡ ਸੈੱਟ ਦੇ ਵਿੱਚ ਵੀ ਜਿਹੜਾ ਤੁਸੀਂ ਸੇਮ ਵੇਟ ਜਿਹੜਾ ਉਹਦੇ ਨਾਲ ਸੈੱਟ ਪਰਫਾਰਮ ਕਰਦੇ ਹੋ। ਹੁਣ ਤੁਸੀਂ ਕਰਦੇ ਕੀ ਹੋ ਜਿਮ ਦੇ ਵਿੱਚ ਜਾ ਕੇ? ਮਤਲਬ ਐਜ਼ ਅ ਬਿਗਨਰ ਜਦੋਂ ਮੈਂ ਇਹ ਗਲਤੀਆਂ ਕੀਤੀਆਂ ਸੀਗੀਆਂ ਤਾਂ ਮੈਂ ਜਿਮ 'ਚ ਜਾ ਕੇ ਕੀ ਕਰਦਾ ਸੀ, ਮੈਂ ਲੈਗ ਪ੍ਰੈਸ ਦੇ ਉੱਪਰ ਕੀ ਕਰਦਾ ਸੀ, 120 ਕਿਲੋ, 130 ਕਿਲੋ, 150 ਕਿਲੋ, 200 ਕਿਲੋ ਵੇਟ ਚੁੱਕਦਾ ਸੀ ਤੇ ਮੈਂ ਬਹੁਤ ਖੁਸ਼ ਹੋ ਜਾਂਦਾ ਸੀ। ਸਟਿਲ ਮੇਰੀਆਂ ਲੈਗਸ ਜਿਹੜੀਆਂ ਨਹੀਂ ਸੀ ਗਰੋ ਕਰਦੀਆਂ। ਮੈਂ ਲੈਗ ਐਕਸਟੈਂਸ਼ਨ ਜਿਹੜੀ ਐਕਸਰਸਾਈਜ਼ ਹੁੰਦੀ ਆ ਉਹਦੇ ਉੱਪਰ ਜਿਹੜਾ ਮੈਕਸਿਮਮ ਵੇਟ ਉਹਨੂੰ ਮਤਲਬ ਜਿਹੜਾ ਆ ਮੈਂ ਪਰਫਾਰਮ ਕਰਦਾ ਹੁੰਦਾ ਸੀ, ਲੈਗ ਕਰਸ ਦੇ ਉੱਪਰ ਮੈਕਸਿਮਮ ਵੇਟ ਪਰਫਾਰਮ ਕਰਦਾ ਹੁੰਦਾ ਸੀ। ਪਰ ਜਿੱਦਾਂ ਜਿੱਦਾਂ ਟਾਈਮ ਲੰਘਦਾ ਗਿਆ ਤੇ ਮੈਨੂੰ ਸਮਝ ਆਉਂਦੀ ਗਈ ਵੀ ਜਿਹੜੀ ਲੈਗ ਦਾ ਮੇਨ ਫੰਡਾਮੈਂਟਲਸ ਆ ਉਹ ਇਹ ਆ, ਡੂ ਦਾ ਬੇਸਿਕਸ, ਠੀਕ ਹੈ ਨਾ। ਇਹ ਕਿਹਾ ਵੀ ਬੇਸਿਕ ਐਕਸਰਸਾਈਜ਼ ਜਾਂਦਾ ਆ, ਬਟ ਇਟ ਇਜ਼ ਵਨ ਆਫ ਦੀ ਮੋਸਟ ਇਫੈਕਟਿਵ ਐਕਸਰਸਾਈਜ਼ ਆਫ ਲੈਗਸ। ਇਹਦੇ ਵਿੱਚ ਤੁਸੀਂ ਕੀ ਕਰਨਾ ਆ, ਤੁਸੀਂ ਜਿਹੜਾ ਆਪਣਾ ਮਤਲਬ ਫੋਕਸ ਕਰਨਾ ਆ ਬਾਰਬਲ ਸਕੁਐਟ ਦੇ ਵਿੱਚ, ਉਹ ਇਹ ਫੋਕਸ ਕਰਨਾ ਹੈ ਕਿ ਜਿਹੜਾ ਵੇਟ ਇਨਕਰੀਜ਼ ਕਰਨਾ ਆ ਨਾ ਉਹ ਲੈਗ ਪ੍ਰੈਸ ਉੱਪਰ ਨਹੀਂ ਇਨਕਰੀਜ਼ ਕਰਨਾ, ਉਹ ਤੁਸੀਂ ਬਾਰਬਲ ਦੇ ਉੱਪਰ ਇਨਕਰੀਜ਼ ਕਰਨਾ ਆ। ਜਿੰਨਾ ਜਿੰਨਾ ਵੇਟ ਤੁਸੀਂ ਬਾਰਬਲ ਦੇ ਉੱਪਰ ਜਿਹੜਾ ਆ ਉਹਨੂੰ ਇਨਕਰੀਜ਼ ਕਰੋਗੇ ਉਦਾਂ ਉਦਾਂ ਹੀ ਤੁਹਾਡੀਆਂ ਜਿਹੜੀਆਂ ਲੈਗਸ ਆ ਉਹ ਸਟਰੋਂਗ ਹੁੰਦੀਆਂ ਜਾਣਗੀਆਂ। ਆਓ ਮੈਂ ਦੱਸਦਾ ਹਾਂ ਕਿ ਆਪਾਂ ਬਾਰਬਲ ਸਕੁਐਟ ਜਿਹੜੀਆਂ ਕਿਵੇਂ ਪਰਫਾਰਮ ਕਰਨੀਆਂ। ਆਈ ਹੋਪ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਇਸ ਵੀਡੀਓ ਦੇ ਉੱਪਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤੇ ਜਰੂਰ ਵੀਡੀਓ ਨੂੰ ਜਿਹੜਾ ਲਾਈਕ ਕਰੋ, ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿਸ ਟੌਪਿਕ ਦੇ ਨਾਲ ਰਿਲੇਟਡ ਜਿਹੜੀ ਵੀਡੀਓ ਚਾਹੁੰਦੇ ਹੋ। ਥੈਂਕ ਯੂ ਸੋ ਮੱਚ, ਹੈਵ ਅ ਨਾਈਸ ਡੇ।